ਸਾਡੇ ਵੱਲੋਂ ਕੈਂਡੀਡੇਟ ਕੌਣ ਹੁੰਦਾ ਕੌਣ ਨਹੀਂ ਹੁੰਦਾ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਹੈ। ਨਸ਼ੇ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਸਦੇ ਨਾਲ ਖਤਮ ਹੋ ਗਿਆ। ਸਾਡੇ ਵੱਲੋਂ ਉਮੀਦਵਾਰ ਕੌਣ ਆਉਂਦਾ ਕੌਣ ਨਹੀਂ ਆਉਂਦਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਬਿਆਨ ਦਿੱਤਾ ਗਿਆ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ। ਜੀ ਹਾਂ, ਉਹਨਾਂ ਕਿਹਾ ਕਿ ਮੰਨ ਸਰਕਾਰ ਦੇ ਵੱਲੋਂ ਕੀਤੇ ਗਏ 2 ਸਾਲ ਦੇ ਕੰਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲੋਕ ਸਭਾ ਚੋਣ ਲੜ ਰਹੀ ਹੈ। ਉਹਨਾਂ ਦਾਅਵਾ ਕੀਤਾ ਕਿ ਉਹ ਅੰਮ੍ਰਿਤਸਰ ਤੋਂ ਵੱਡੀ ਲੀਡ ਦੇ ਨਾਲ ਜਿੱਤਣਗੇ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਨਸ਼ਿਆਂ ਨੂੰ ਲੈ ਕੇ ਮੰਤਰੀ ਧਾਲੀਵਾਲ ਨੂੰ ਸਵਾਲ ਕੀਤੇ ਤਾਂ ਉਹਨਾਂ ਦਾਅਵਾ ਕੀਤਾ ਕਿ 31 ਦਸੰਬਰ ਤੱਕ ਪੰਜਾਬ 'ਚੋਂ ਨਸ਼ਾ ਖਤਮ ਹੋ ਜਾਵੇਗਾ। ਧਾਲੀਵਾਲ ਸਾਹਿਬ, ਅੱਜ ਜਿਹੜੀ ਇੱਕ ਮੀਟਿੰਗ ਵੀ ਤੁਹਾਡੇ ਵੱਲੋਂ ਕੀਤੀ ਗਈ ਹੈ, ਕਿਵੇਂ ਵੇਖਦੇ ਹੋ ਕਿਉਂਕਿ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਹੁਣ ਉਹ ਵੀ ਮੈਦਾਨ 'ਚ ਆ ਚੁੱਕੇ ਨੇ। ਦੇਖੋ ਤਾਂ ਸਾਡੀ ਪਾਰਟੀ 16 ਤਰੀਕ ਨੂੰ ਟਿਕਟ ਸਾਹਮਣੇ ਸਾਹਮਣੇ ਸਾਡੀ ਪਾਰਟੀ ਨੇ 4 ਮਹੀਨੇ ਪਹਿਲਾਂ ਤੈਅ ਕੀਤਾ 13-0। ਸਾਡੇ ਵੱਲੋਂ ਕੈਂਡੀਡੇਟ ਕੌਣ ਹੁੰਦਾ ਕੌਣ ਨਹੀਂ ਹੁੰਦਾ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਹੈ। ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ ਸੀਐਮ ਸਾਹਿਬ ਨੇ 2 ਸਾਲ ਦਾ ਜਿਹੜਾ ਕੰਮ 2 ਸਾਲ ਦਾ ਰਿਪੋਰਟ ਕਾਰਡ 75 ਸਾਲ ਵਸਲ 2 ਸਾਲ ਇਹਦੇ ਆਧਾਰ ਤੇ ਇਲੈਕਸ਼ਨ ਲੜੇ ਔਰ ਅੰਮ੍ਰਿਤਸਰ 'ਚ ਬੜੀ ਵੱਡੀ ਲੀਡ ਜਿੱਤ। ਧਾਲੀਵਾਲ ਸਾਹਿਬ, ਅਕਸਰ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਰ ਨੇ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇੱਥੋਂ ਦਾ ਹੀ ਹਾਂ, ਮੈਂ ਅੰਮ੍ਰਿਤਸਰ ਨੂੰ ਬੜੀ ਵੱਡੀ ਦੇਣ ਦੇਵਾਂਗਾ, ਬੀਜੇਪੀ ਸਰਕਾਰ ਬੜੀ ਵੱਡੀ ਦੇਣ ਦੇਵੇਗੀ, ਕਿਵੇਂ ਵੇਖਦੇ ਉਹਨਾਂ ਨੂੰ? ਕਿੰਨੀ ਉਮਰ ਹੈ ਤੁਹਾਡੀ? ਕਿੰਨੀ ਉਮਰ ਹੋਈ ਦੱਸ? ਮੇਰੀ 28 ਸਾਲ। 28? ਅੱਜ ਤੋਂ 20-25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇ ਗਏ। ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖਿਡਾਰੀ ਹੈ ਬੀਜੇਪੀ ਵਾਲੇ, ਸੇਮ ਸ਼ਬਦ ਜੋ ਅੱਜ ਇਹ ਵਰਤਦੇ ਇਹੀ ਉਦੋਂ ਸਿੱਧੂ ਬੋਲਦਾ ਸੀਗਾ। 10 ਸਾਲ ਉਹਨੇ ਕੁਛ ਨਹੀਂ ਕੀਤਾ ਠੋਕੋਦਾਰੀ, ਉਸ ਤੋਂ ਬਾਅਦ ਜੇਤਲੀ ਸਾਹਿਬ ਨੂੰ ਲਿਆ, ਉਹੀ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬ ਬੋਲਦੇ ਕਿ ਅਸੀਂ ਅੰਮ੍ਰਿਤਸਰ ਦਾ ਇੱਦਾਂ ਕਰਦੇ ਹਾਂ ਇੱਦਾਂ ਕਰਦੇ ਹਾਂ। ਜੇਤਲੀ ਸਾਹਿਬ ਹਰ ਕੇ ਵਿੱਤ ਮੰਤਰੀ ਬਣੇ, ਕੁਛ ਨਹੀਂ ਕੀਤਾ। ਉਸ ਤੋਂ ਬਾਅਦ ਹਰਦੀਪ ਪੁਰੀ ਜੀ ਨੂੰ ਲਿਆ, ਉਹੀ ਸ਼ਬਦ ਜਿਹੜੇ ਸਿੱਧੂ ਦੇ ਜੇਤਲੀ ਵਰਤਦਾ ਹੈ ਉਹੀ ਹਰਦੀਪ ਪੁਰੀ ਵਰਤਦਾ ਸੀਗਾ ਕਿ ਅਸੀਂ ਇੱਦਾਂ ਕਰਦੇ ਹਾਂ ਇੱਦਾਂ ਕਰਦੇ। 5 ਸਾਲ ਲੰਘ ਗਏ 0 ਰਿਪੋਰਟ, ਉਹੀ ਸ਼ਬਦ ਹੁਣ ਇਹ ਤਰਨਜੀਤ ਸਿੰਘ ਸੰਧੂ ਵਰਡ ਯੂਜ਼ ਕਰਦੇ, ਕਰਦਾ ਕਦੋਂ ਦਾ ਕੁਛ ਨਹੀਂ। ਸਵਾਲ ਇਹ ਹੈ ਕਿ 10 ਸਾਲ ਦਾ ਰਾਜ ਲੰਘ ਗਿਆ ਬੀਜੇਪੀ, ਲੋਕ ਸਭਾ ਦੀ ਇਲੈਕਸ਼ਨ ਹੋ ਰਹੀ, ਸੰਧੂ ਸਾਹਿਬ ਲੋਕਾਂ ਨੂੰ ਇਹ ਦੱਸਣ ਕਿ 10 ਸਾਲ ਚ ਬੀਜੇਪੀ ਨੇ ਪੰਜਾਬ ਦਾ ਕੀ ਕੀਤਾ, ਜਿਹੜੇ 740 ਕਿਸਾਨ ਸ਼ਹੀਦ ਕੀਤੇ ਆ, ਪੰਜਾਬ ਦੇ ਫੰਡ ਰੋਕ ਕੇ ਬੈਠੀ ਹੈ ਬੀਜੇਪੀ। ਸੰਧੂ ਸਾਹਿਬ ਉਹਦੀ ਗੱਲ ਕਰ ਸਰ, ਆਹ ਦਾ ਕਹਿਣ ਦੀ ਅਸੀਂ ਆਹ ਬਣਾ ਦੇਵਾਂਗੇ, ਜੇ ਬਣਾ ਦੇਵਾਂਗੇ, ਉਹ ਬੜੇ ਚਿਰ ਦੇ ਹਵਾਈ ਕਿਲੇ ਬਹੁਤ ਚਿਰ ਦੇ ਬਣਦੇ। ਸਾਡੇ ਵੱਲੋਂ ਮੰਤਰੀ ਬਣਾ ਦੇਣ, ਸਾਡੇ ਵੱਲੋਂ ਸੰਤਰੀ ਬਣਾ ਦੇਣ, ਅੰਮ੍ਰਿਤਸਰ ਨੂੰ ਕੀ ਫਾਇਦਾ? ਆਹ ਧਾਲੀਵਾਲ ਸਾਹਿਬ, ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਡਿਆਲੀ ਤਾਰ ਆ ਉਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਉਹਨਾਂ ਵੱਲੋਂ ਕਿਹਾ ਗਿਆ ਕਿ ਦਿੱਤਾ ਗਿਆ ਬੀਜੇਪੀ ਸਰਕਾਰ ਵੱਲੋਂ, ਤੇ ਕਿ ਕੰਡਿਆਲੀ ਤਾਰ ਤੋਂ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾ ਸਕਦਾ ਆਪਣੀ ਜ਼ਮੀਨਾਂ ਦੇ ਵਿੱਚ। ਪਿਛਲੇ ਮਤਲਬ 1.5 ਸਾਲ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਨੇ ਅੰਮ੍ਰਿਤ ਸ਼ਾਹ ਦੇ ਨਾਲ ਮੋਦੀ ਦੇ ਨਾਲ ਇਸ ਕੰਮ ਲਈ 3-4 ਮੀਟਿੰਗਾਂ ਕੀਤੀਆਂ ਕਿ ਜੀ ਜਾਂ ਤਾਂ ਕਿਸਾਨਾਂ ਨੂੰ ਪੈਸੇ ਦਿਓ ਜਾਂ ਆਪਣੀ ਤਾਰ ਚੁੱਕ ਕੇ ਬਿਲਕੁਲ 0 ਲਾਈਨ ਚਲਾ, ਵੀ ਜਿਹੜਾ ਵਿੱਚ ਜ਼ਮੀਨ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ। ਅੱਜ ਤੋਂ 5 ਮਹੀਨੇ ਪਹਿਲਾਂ
ਇਹ ਜਿਹੜਾ ਫੈਸਲਾ ਹੋਇਆ ਅਮਿਤ ਸ਼ਾਹ ਜੀ ਦਾ ਤੇ ਮਾਨ ਸਾਹਿਬ ਦਾ, ਅਸੀਂ ਜੀਰੋ ਲਾਈਨ ਤੇ ਲੈ ਜਾਂਦੇ ਉਦੋਂ ਕੰਮ ਮਾਨ ਸਾਹਿਬ ਨੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ। ਇਹ ਤਾਂ ਵਿਚਾਰੇ ਹੁਣ ਵੇਖਣ ਗਏ ਨਾ ਤੁਸੀਂ ਪਤਾ ਕਿੱਥੇ ਜੀਰੋ ਲਾਈਨ ਕਿੱਥੇ ਕੀ ਹੈ। ਬੀਜੇਪੀ ਨੇ ਕੀ ਦੋਵਾਂ ਦਿੱਤਾ ਜੀ ਚਾਰ ਮਹੀਨੇ ਪਹਿਲਾਂ? ਸਾਡੀ ਇੱਕ ਬਿਗ ਪ੍ਰੋਬਲਮ ਹੈ ਸਰ, ਨਸ਼ੇ ਵਾਲੀ ਜਿਹੜੀ ਪ੍ਰੋਬਲਮ ਹੈ। ਅਸੀਂ ਇੱਕ ਕੰਡੇ ਵਾਲੀ ਥਾਂ ਇੱਕ ਜਿਹੜਾ ਡਰੋਨ, ਦੋ ਚੀਜ਼ਾਂ ਬਾਰ ਬਾਰ ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਈਆਂ ਤੇ ਹੋਮ ਮਿਨਿਸਟਰ ਟ੍ਰਾਇਲ ਕਰ ਰਹੇ ਉੱਥੇ ਪਠਾਨਕੋਟ। ਉਹ ਕਹਿੰਦੇ ਜੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੋੜ ਫੋੜ ਪੋਤਾ ਕੀਤਾ ਕੰਡੇ ਵਾਲੀ ਥਾਂ ਨੂੰ ਜੀਰੋ ਤੋਂ ਲੈ ਕੇ ਬੀਜੇਪੀ ਦੀ ਕੀ ਪ੍ਰਾਪਤੀ। ਨਸ਼ੇ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਸਦੇ ਨਾਲ ਦਸੰਬਰ ਤੱਕ ਦੇਜਾ ਖਤਮ ਹੋ ਜਾਏਗਾ ਖਤਮ ਜੀ। ਦੱਸੀ ਕਿ 16 ਮਾਰਚ ਨੂੰ ਆਮ ਆਦਮੀ ਪਾਰਟੀ ਨੇ ਆਪਣੇ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ, ਜਿਨ੍ਹਾਂ ਦੇ ਵਿੱਚੋਂ ਸੁਸ਼ੀਲ ਕੁਮਾਰ ਰਿੰਕੂ ਟਿਕਟ ਮਿਲਣ ਦੇ ਬਾਵਜੂਦ ਵੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਤੇ ਹੁਣ ਉਹ ਭਾਜਪਾ ਦੇ ਵੱਲੋਂ ਜਲੰਧਰ ਤੋਂ ਲੋਕ ਸਭਾ ਚੋਣਾਂ ਲੜ ਰਹੇ ਨੇ। ਉੱਥੇ ਹੀ ਜਿਵੇਂ ਹੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਡਾਕਟਰ ਚੱਬੇਵਾਲ ਸ਼ਾਮਿਲ ਹੋਏ ਤਾਂ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਕੋਲ ਆਪਣਾ ਕੋਈ ਵੀ ਉਮੀਦਵਾਰ ਨਹੀਂ ਹੈ ਜਿਸ ਨੂੰ ਉਹ ਚੋਣ ਮੈਦਾਨ ਦੇ ਵਿੱਚ ਉਤਾਰ ਸਕਣ, ਬਲਕਿ ਦੂਜੇ ਪਾਰਟੀਆਂ ਦੇ ਲੀਡਰਾਂ ਤੇ ਮੰਤਰੀਆਂ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ। ਜਿਸ ਤੋਂ ਬਾਅਦ ਅੱਜ ਮੰਤਰੀ ਧਾਲੀਵਾਲ ਦੇ ਵੱਲੋਂ ਇਸਦਾ ਜਵਾਬ ਦਿੱਤਾ ਗਿਆ, ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਕਿ 31 ਦਸੰਬਰ ਤੱਕ ਪੰਜਾਬ 'ਚ ਨਸ਼ਾ ਖਤਮ ਹੋ ਜਾਵੇਗਾ, ਜੋ ਕਿ ਵੇਖਣ ਵਾਲੀ ਗੱਲ ਰਹੇਗੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।